ਨਮਸਕਾਰ ਖਬਰਾਂ ਦੇ ਸੂਲਿਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪੇਸ਼ ਨਹੀਂ ਹੁੰਦਾ ਖਬਰਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਦਿਵਾੜੀ ਨੇ ਆਪਣੀ ਲਿਖੀ ਇੱਕ ਕਿਤਾਬ 10 ਫਲੈਸ਼ ਪੁਆਇੰਟਸ 20 ਬਰੇ ਵਿੱਚ ਚੰਦਰੂਨੀ ਸ੍ਰੇਖਿਆ ਬਾਰੇ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ ਨੇ ਉਨਾ 26 11 ਹਮਲੇ ਦਾ ਜ਼ਿਕਰ ਕਰਦਿਆਂ ਕਿ ਹਾਂ ਕਿ ਇਸ ਹਮਲੇ ਮਗਰੋਂ ਉਦੋਂ ਦੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਮਨੀਸ਼ Tiwari ਮੁਤਾਬਕ 26 11 ਦੇ ਹਮਲੇ ਮਗਰੋਂ ਸ਼ਬਦਾਂ ਨਾਲੋਂ ਵਧੇਰੇ ਸਖਤ ਕਾਰਵਾਈ ਦੀ ਲੋੜ ਸੀ ਅਧਿ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ ਇਹ ਕਿਤਾਬ ਛੇਤੀ ਹੀ ਮਾਰਕੀਟ ਵਿੱਚ ਆਉਣ ਵਾਲੀ ਹੈ ਮਨੀਸ਼ Tiwari ਨੇ ਮੁੰਬਈ ਹਮਲੇ ਦੀ ਤੁਲਨਾ ਅਮਰੀਕਾ ਦੇ 9 11 ਨਾਲ ਕੀਤੀ ਹੈ ਤਾਂ ਕਿ ਹਾਂ ਕਿ ਕਾਹੇ ਜਿਹਾ ਸਮਾਂ ਸੀ ਜਦੋਂ ਗੱਲਬਾਤ ਨਹੀਂ ਬਲਕਿ ਜਵਾਬੀ ਕਾਰਵਾਈ ਦੀ ਲੋੜ ਸੀ ਉਨਾ ਕਿਹਾ ਕਿ 26 ਨਵੰਬਰ 2008 ਭਾਰਤ ਦੇ ਇਤਿਹਾਸ ਦਾ ਇੱਕ ਕਾਲਾ ਦਿਨ ਸੀ ਜਦੋਂ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੇ ਅਤਵਾਦੀ ਹਮਲਾ ਹੋਇਆ इस दौरान भारतीय जनता पार्टी ने कांग्रेस की आलोचना कर दिया कि कि पार्टी अपने कार्यकाल दौरान देश की अखंडता सुरक्षा की थी, कोई फिक्र नहीं मनीष तिवारी की किताब का जिक्र पार्टी के कौमी बुलाई गौरव भाटी ने कहा कि, कि मनीष तिवारी ने इस किताब यह है कि कांग्रेस सरकार ने कौमी सुरक्षा न दिलाया उन्होंने कहा कि, कि इस कांग्रेस पार्टी की नाकामी स्वीकार करना कहना सही होगा उन्होंने कांग्रेस आगू सोनी गांधी राहुल गांधी को इस मसले से अपनी चुप्पी तोड़न कहा गौरव भाटिया ने सवाल किया कि उस घटना वेले ਕਿਆ ਦਸਤਿਆਂ ਨੂੰ ਜਵਾਬੀ ਕਾਰਵਾਈ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਰਿਸਾਇੰਸ ਦੇ ਖਾਦ ਮੰਤਰੀ ਮਨਸੂਖ ਮਾਂਡਵਿਆ ਨੇ ਕਿਹਾ ਕਿ ਦੇਸ਼ ਵਿੱਚ ਖਾਦ ਦੀ ਭਰਪੂਰ ਉਪਲਬਧਤਾ ਹੈ ਇੱਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਖਾਦ ਦੀ ਕਿਤੇ ਵੀ ਕੋਈ ਕਮੀ ਨਹੀਂ ਹੈ ਉਹਨਾਂ ਦੱਸਿਆ ਕਿ ਖਾਦ ਦੀ ਉਪਲਬਧਤਾ ਬਾਰੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਖੇਤੀ ਮੰਤਰੀਆਂ ਨਾਲ ਇੱਕ ਮੀਟਿੰਗ ਹੋਈ ਸੀ ਉਹਨਾਂ ਵੱਲੋਂ ਉਪਜਾਊ ਅਤੇ ਮਿੱਟੀ ਦੀ ਗੁਣਵੱਤਾ ਬਣਾਈ ਰੱਖਣ ਬਾਰੇ ਨੈਨੋ ਯੂਰੀਆ ਵਰਗੀਆਂ ਬਦਲਵੀਆਂ ਖਾਦਾਂ ਦੀ ਵਰਤੋਂ ਦੀ ਅਪੀਲ ਕੀਤੀ ਗਈ ਪੱਧ ਚੋਣ ਕਮਿਸ਼ਨ ਨੇ ਕੱਲ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁਖ ਚੋਣ ਅਧਿਕਾਰੀਆਂ ਦੀ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਇਸ ਕਾਨਫਰੰਸ ਦਾ ਨੋਟਾ ਲਿਸਟਾਂ ਪੋਲਿੰਗ ਸਟੇਸ਼ਨਾਂ ਆਈਟੀ ਐਪਲੀਕੇਸ਼ਨਾਂ ਮਿੱਥੇ ਸਮੇਂ ਵਿਸ਼ੇkaitਾਂ ਦਾ ਹੱਲ ਈਵੀਐਮ ਵੀਵੀਪੈਡ ਪੋਲਿੰਗ ਸਟਾਫ ਮੀਡੀਆ ਤੇ ਸੰਚਾਰ ਦੀ ਟ੍ਰੇਨਿੰਗ ਅਤੇ ਸਮਰਥਾ ਨਿਰਮਾਣ ਤੇ ਵੋਟਰਾਂ ਤੱਕ ਪਹੁੰਚ ਵਧਾਉਣ ਬਾਰੇ ਚਰਚਾ ਤੇ ਸਮੀਖਿਆ ਕੀਤੀ ਗਈ ਆਪਣੀ ਸੰਬੋਧਨ ਵਿੱਚ ਮੁਖ ਚੋਣ ਕਮਿਸ਼ਨਰ ਸੁਸ਼ੀਲ ਚੰਦ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵੋਟਰ ਲਿਸਟ ਤੇ ਸਹੀ ਚੋਣ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਘੱਟੋ ਘੱਟ ਸਹੂਲਤਾਂ ਦੀ ਉਪ ਤਾਜੀ ਕਿਨੀ ਕਰਨ ਜਿਨ੍ਹਾਂ ਦਾ ਭਰੋਸਾ ਦਿੱਤਾ ਗਿਆ ਹੈ ਸੁਸ਼ੀਲ ਚੰਦ ਨੇ ਕਿਹਾ ਕਿ ਸਾਨੀਆਂ ਲੰਬਤ ਅਰਜ਼ੀਆਂ ਖਾਸ ਤੌਰ ਤੇ ਵੋਟਰ ਰਜਿਸਟ੍ਰੇਸ਼ਨ ਦੇ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਇਆ ਜਾਵੇ ਉਹਨਾਂ ਦੁਹਰਾਇਆ ਕਿ ਵੋਟਰ ਨੂੰ ਸਹੀ ਮਾਇਨੇ ਵਿੱਚ ਚੰਗਾ ਤਜਰਬਾ ਹੋਵੇ ਇਹ ਵੀ ਯਕੀਨੀ ਬਣਾਉਣ ਦੀ ਯਤਨ ਕੀਤੇ ਜਾਣੇ ਚਾਹੀਦੇ ਨਹੀਂ ਉਹਨਾਂ ਕਿਹਾ ਕਿ ਮੁਖ ਚੋਣ ਅਧਿਕਾਰੀਆਂ ਨੂੰ ਸਿਆਸੀ ਪਾਰਟੀਆਂ ਨਾਲ ਲਗਾਤਾਰ ਗੱਲਬਾਤ ਕਰਨੀ ਚਾਹੀਦੀ ਤਾਂ ਜੋ ਉਹਨਾਂ ਦੀ ਕੋਈ ਸ਼ਿਕਾਇਤ ਹੋਵੇ ਤਾਂ ਉਸ ਨੂੰ ਦੂਰ ਕੀਤਾ ਜਾ ਸਕੇ ਚੋਣ ਕਮਿਸ਼ਨਰ राजीव ਕੁਮਾਰ ਤੇ ਨੂਕ ਚੰਦਰ ਪਾਂਡੇ ਨੇ ਵੀ ਆਪਣੇ ਵਿਚਾਰ ਰੱਖੇ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਖਤਮ ਕਰਨ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਦੇ ਵਤੀਰੇ ਦੀ ਆਲੋਚਨਾ ਕੀਤੀ ਹੈ। ਚੰਡੀਗੜ੍ਹ ਵਿੱਚ ਰਾਜਿਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਅਜਿਹੀ ਵੀ ਐਮਐਸਪੀ ਦੀ ਗਰੰਟੀ ਤੇ ਅੜੇ ਹੋਏ ਨਹੀਂ ਜਦਕਿ ਪ੍ਰਧਾਨ ਮੰਤਰੀ ਨੇ ਐਮਐਸਪੀ ਬਾਰੇ ਮਾਹਿਰਾਂ ਦੀ ਇੱਕ ਕੁੱਛ ਪਦਰੀ ਕਮੇਟੀ ਗਠਿਤ ਕਰਨ ਦਾ ਪ੍ਰਸਤਾਵ ਦਿਵਾਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਵਿੱਚ ਸੀਐਮ ਬਦਲਣ ਨਾਲ ਕੀ ਸੂਬੇ ਦੇ ਮਸਲੇ ਹੱਲ ਹੋ ਗਏ ਨੇ? ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤਾਂ ਖੇਤੀ ਕਾਨੂੰਨ ਰੱਦ ਕਰਕੇ ਪੰਜਾਬ ਦੇ ਭਾਈਚਾਰੇ ਦਾ ਸਤਿਕਾਰ ਕੀਤਾ ਹੈ। सूबे सत्ता मगरों बीजेपी पंजाब पंजाब काोड़ त्रेंट लाख तविड तो रोकू टीके लगाए जा चुके सेहत मंत्राल मुताबिक पिछले चौबीस घंटे दौरान इकहत्तर लख बानवे हजार तू तो टीके लगाए गए इस वे सेहतयाबी की दर अठानवे इशारिया तीन दो फीसद ऐत्राला मुताबिक तिरेंट करोड़ चौंती लख तो नमून की जांच की गई है ਇਜ਼ਰਾਨ ਬ੍ਰਿਟਾਨੀਆ ਨੇ ਭਾਰਤ ਵਿੱਚ ਬਣੀ ਕੋਵੈਕਸਿਨ ਨੂੰ ਕਮਾਂਟਰੀ ਯਾਤਰਾਵਾਂ ਲਈ ਕੋਵਿਡ ਵੈਕਸਿਨ ਦੀ ਮਨਜ਼ੂਰਸ਼ੁਦਾ ਲਿਸਟ ਵਿੱਚ ਸ਼ਾਮਿਲ ਕਰ ਲਿਆ ਹੈ ਇਸ ਕਦਮ ਨਾਲ ਬ੍ਰਿਟਾਨੀਆ ਦੀ ਯਾਤਰਾ ਕਰਨ ਵਾਲੇ ਦੋਨੋਂ ਟੀਕੇ ਲਗਵਾ ਚੁੱਕੇ ਪਾਤੀਆਂ ਨੂੰ ਵਧੇਰੇ ਫਾਇਦਾ ਹੋਵੇਗਾ ਉਹਨਾਂ ਨੂੰ ਹੁਣ ਪੀਸੀਆਰ ਟੈਸਟ ਕਰਾਉਣ ਚਾਹ ਲੱਗਣ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਮਹੀਨੇ ਦੀ ਸ਼ੁਰੂ ਵਿੱਚ ਭਾਰਤ ਬਾਇਓਟੈਕ ਵੱਲੋਂ ਤਿਆਰ ਕੋਵੈਕਸਿਨ ਨੂੰ ਵਿਸ਼ਵ ਸਿਹਤ ਸੰਗਠਨ ਨੇ ਹੰਗਾਮੀ ਵਰਤੋਂ ਲਿਸਟ ਵਿੱਚ ਸ਼ਾਮਿਲ ਕਰ ਲਿਆ ਸੀ ਜਿਸ ਮਗਰੋਂ ਬ੍ਰਿਟਾਨੀਆ ਨੇ 22 ਨਵੰਬਰ ਤੋਂ ਕੋਵੈਕਸਿਨ ਨੂੰ ਕੋਵਿਡ ਦੀ ਮਨਜ਼ੂਰ ਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਨਵੰਬਰ ਨੂੰ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਸ ਪ੍ਰੋਗਰਾਮ ਦੀ 83ਵੀਂ ਲੜੀਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਹੈ ਇੱਕ ਟਵੀਟ ਵਿੱਚ ਉਹਨਾਂ ਕਿਹਾ ਕਿ ਲੋਕ ਆਪਣੇ ਸੁਨੇਹੇ ਮਾਈ ਗੋਵ ਅਤੇ ਨਮੂ ਐਪ ਤੇ ਰਿਕਾਰਡ ਕਰਵਾ ਸਕਦੇ ਨੇ ਇਸ ਤੋਂ ਇਲਾਵਾ ਟੋਲ ਫਰੀ ਨੰਬਰ 1800117800 ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਆਪਣੇ ਸੁਨੇਹੇ ਰਿਕਾਰਡ ਕਰਵਾ ਸਕਦੇ ਨੇ ਫੋਨ ਲਾਈਨਾਂ 26 ਨਵੰਬਰ ਤੱਕ ਖੁੱਲੀਆਂ ਰਹਿਣਗੀਆਂ ਕੁਝ ਰਿਕਾਰਡਡ ਸੁਨੇਹਿਆਂ ਨੂੰ ਪਰਸਾਰ ਵੀ ਕੀਤਾ ਜਾ ਸਕਦਾ ਹੈ ਲੋਕ 1922 ਤੇ ਮਿਸਡ ਕਾਲ ਦੇ ਕੇ ਹਾਸਲ ਲਿੰਕ ਰਾਹੀਂ ਆਪਣੇ ਸੁਝਾਅ ਭੇਜ ਸਕਦੇ ਨੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆਰਐਨਯੂ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ